ਡੱਲੇ ਨੇ ਮਹਾਰਾਜ ਦੇ ਬਚਨਾਂ ਨੂੰ ਸੁਣਿਆ, ਆਪਣੇ ਸਿਪਾਹੀਆਂ ਵੱਲੋਂ ਚੱਲ ਪਿਆ। ਜਾ ਕੇ ਕਹਿਣ ਲੱਗਾ, ਤੁਹਾਡੇ ਵਿੱਚੋਂ ਇੱਕ ਆਓ ਜਿਹਦੀ ਛਾਤੀ ਵਿੱਚ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਲਾ ਕੇ ਪਰਖਣਾ। ਸਾਰਿਆਂ ਜਵਾਬ ਦੇ ਦਿੱਤਾ, ਨਿਮੋ ਚੁਣਾ ਹੋਇਆ ਡੱਲਾ ਕਹਿ ਰਿਹਾ ਸੀ, ਜੋ ਤੁਹਾਡੇ ਵਿੱਚੋਂ ਮਰਨ ਵਾਸਤੇ ਆਏਗਾ ਉਹਦੀਆਂ ਸੱਤ ਪੁਸ਼ਤਾਂ ਜੋਗਾ ਤਨ ਮੈਂ ਦੇ ਦਿਆਂਗਾ। ਲੇਕਿਨ ਸਾਰਿਆਂ ਨੇ ਜਵਾਬ ਦੇ ਦਿੱਤਾ। ਨਿਮੋ ਚੁਣਾ ਹੋ ਕੇ ਡੱਲਾ ਮਹਾਰਾਜ ਦੇ ਕੋਲ ਪਹੁੰਚਿਆ। ਕਹਿਣ ਲੱਗਾ, ਮਹਾਰਾਜ ਕੋਈ ਵੀ ਮਰਨ ਨੂੰ ਤਿਆਰ ਨਹੀਂ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਨੇ, ਡੱਲਿਆ ਤੇਰਾ ਸਿਰਕ 'ਤੇ ਕਾਇਮ ਹੈ, ਤੇਰੇ ਮਨ ਵਿੱਚ ਭਰੋਸਾ ਹੈ, ਫਿਰ ਤੂੰ ਸਾਹਮਣੇ ਖਲੋ ਜਾ, ਤੇਰੀ ਛਾਤੀ ਵਿੱਚ ਇਸ ਬੰਦੂਕ ਦਾ ਨਿਸ਼ਾਨਾ ਲਾ ਕੇ ਪਰਖ ਲੈਂਦੇ ਹਾਂ। ਡੱਲੇ ਦੀ ਨੀਵੀਂ ਪੈ ਗਈ। ਕਹਿਣ ਲੱਗਾ, ਮਹਾਰਾਜ ਮਰਨ ਨੂੰ ਮੇਰਾ ਮਨ ਵੀ ਨਹੀਂ ਮੰਨਦਾ। ਮਹਾਰਾਜ ਕਹਿਣ ਲੱਗੇ ਨੇ, ਡੱਲਿਆ ਐਸ 500 ਸਿਪਾਹੀ ਦਾ ਮਾਣ ਕਰਦਾ ਸੀ। ਮਹਾਰਾਜ ਨੇ ਕੋਲ ਖਲੋਤੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ, ਜਾਓ ਸਾਡੇ ਸਿੰਘਾਂ ਨੂੰ ਇਹ ਸੁਨੇਹਾ ਦੇ ਦਿਓ। ਮਹਾਰਾਜ ਦਾ ਸੁਨੇਹਾ ਲੈ ਕੇ ਇੱਕ ਸਿੱਖ ਪਹੁੰਚਿਆ। ਸਿੰਘ ਨੇ ਜਾ ਕੇ ਸਤਿਗੁਰਾਂ ਦਾ ਹੁਕਮ ਸੁਣਾਇਆ, ਭੇਟਾ ਇੱਕ ਬੰਦੂਕ ਦੀ ਹੈ, ਸਿੱਖ ਲਿਆਇਆ, ਕਰਨੀ ਪਰਖ ਬੰਦੂਕ ਦੀ। ਸਤਿਗੁਰ ਫਰਮਾਇਆ, ਜੋ ਤਨ ਵਾਰੇ ਆਪਣਾ ਉਹ ਸਿੰਘ ਬੁਲਾਇਆ, ਵੀਰ ਸਿੰਘ ਅਤੇ ਧੀਰ ਸਿੰਘ। ਜਦ ਇਹ ਸੁਣ ਪਾਇਆ, ਸੂਰਮਿਆਂ ਨੂੰ ਚਾ ਚੜ੍ਹੇ, ਲੂੰ ਲੂੰ ਮੁਸਕਾਇਆ, ਦੌੜੇ ਸਤਿਗੁਰ ਵੱਲ ਨੂੰ, ਨਹੀਂ ਵਕਤ ਗੁਆਇਆ, ਗੁਰਚਰਨਾਂ ਵਿੱਚ ਆਣ ਭਮਦੀ ਸੀ ਤੁਕਾਇਆ। ਬਾਬਾ ਵੀਰ ਸਿੰਘ ਅਤੇ ਬਾਬਾ ਧੀਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਿਵੇਂ ਆਪਾ ਵਰ ਲਈ ਕਹਿੰਦੇ ਨੇ, ਉਹ ਵੇਰਵਾ ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ ਇਉਂ ਕਹਿੰਦਾ ਆ ਰਿਹਾ।